राशन कार्ड घट्टो घट्ट 30-40 बंदे के कटे गए जी महल च, जिहड़े गरीब ने दिहाड़ी मजदूर उन्हां दे कटे गए। बाकी जिहड़े घरां च जिन्हां दे 20-20 कमरे किराए दे दित्ते होए ने जां घरां च गड्डियां ने उन्हां दे नहीं कटे गए जी, गरीबां दे कटे गए। ਗੱਡੀਆਂ 'ਚ ਜਾਂਦੇ ਉਹ ਤਾਂ ਰਾਸ਼ਨ ਲੈ ਕੇ ਆਉਂਦੇ ਆ, ਤੇ ਜਿਹਨਾਂ ਨੂੰ ਲੋੜ ਆ ਤੁਹਾਡੇ ਵਰਗੇ ਨੂੰ ਉਹਨਾਂ ਦੇ ਬੰਦ ਹੋ ਗਏ ਆ ਕੀ ਕਹੋਗੇ? ਉਹ ਤਾਂ ਗੱਲ ਹੈ ਕਿ ਸਾਡੇ ਬੰਦ ਹੋ ਗਏ, ਜਿਹੜੇ ਗੱਡੀਆਂ ਦਾ ਉਹਨਾਂ ਦਾ ਕੋਈ ਹੋਇਆ ਨਹੀਂ ਬੰਦ, ਉਹਨਾਂ ਦਾ ਕਿਉਂ ਨਹੀਂ ਹੋਏ? ਸਾਡੇ ਇੱਦਾਂ ਵੀ ਵਿਚਾਰੇ ਗਰੀਬਾਂ ਨੇ ਮਾਰ ਕਰ ਦਿੱਤੀ ਹੈ ਕਿ ਗਰੀਬ ਮਾਰ। ਡੀਪੂ ਵਾਲੇ ਨਾਲ ਗੱਲ ਕੀਤੀ ਜੀ? ਡੀਪੂ ਵਾਲੇ ਨਾਲ ਕੀਤੀ ਸੀ ਗੱਲ, ਉਹ ਕਹਿੰਦੇ ਪਿੱਛੇ ਪਿੱਛੇ ਜਾਓ। ਪਿੱਛੇ ਕਿੱਥੇ ਜੀ? ਪਤਾ ਨਹੀਂ, ਉਹ ਕਹਿੰਦੇ ਪਿੱਛੇ ਜਾਓ, ਪਿੱਛੇ ਉਸ ਜਾਈਏ। ਜੇ ਮਤਲਬ ਅਸੀਂ ਹੁਣ ਪੁਰਾਣੇ ਯੁੱਗ 'ਚ ਚੱਲ ਜਾਈਏ ਜਿਹੜੇ जिथे की कुछ तुहानू दिखा रही है, साथी ते महिलावां भी खड़े ने जिन्हां दे हाथ च राशन कार्ड भी आ। सो दस्सदी है कितें ना कितें आम आदमी पार्टी सरकार आई है ते कहिंदे सी गरीबां नू कोई सहूलतां देवांगे, सहूलतां ते नहीं मिलियां पर मुश्किलां वधदियां नज़र आउंदियां। आए दिन लोकां दे कार्ड कट दित्ते जांदे आ, जिहड़े ते गड्डियां दे विच राशन कार्ड, जिहड़े गड्डियां दे विच राशन लैण जांदे ने उहनां नू तां कितें ना कितें राशन मिल ही जांदा, पर जिन्हां नू जरूरत है इस राशन दी, उह लोक इत्थे धरना प्रदर्शन करते पे। नाल साडे खराती मिशाल खड़े ने जो कि इस टाइम बीजेपी के आगू ने, ते इतों दी कौंसलर ते कैंडीडेट भी जिहड़े की आ मन्ने जांदे ने ते विच गल भी करदे उहनां नाल। सो मिशाल साहब, अज इत्थे महल्ले दे विच धरना प्रदर्शन भी किया जा रहा है, राशन कार्ड अज फड़े की मामला की है? राशन कार्ड कईआं दे कटे गए जी, गरीब गरीबां दे जो सेंटर कनियों आउंदी कणक जी, ते इत्थे डीपू वाले जां पंजाब सरकार वल्लों जी राशन कार्ड घट्टो घट 30-40 बंदिया के कटे गए जी महल च, जिहड़े गरीब ने दिहाड़ी मजदूर उन्हां दे कटे गए। बाकी जिहड़े घरां च जिन्हां दे 20-20 कमरे किराए दे दित्ते होए ने जां घरां च गड्डियां ने उन्हां दे नहीं कटे गए जी, गरीबां दे कटे गए। बाकी जिन्हां नूं जे सो इक वड्डा सवाल आ, तुसीं बीजेपी दे कैंडीडेट भी इत्थों दे मन्ने जांदे हो कौंसलर दे, ਇਹ ਜਿਹੜੀ ਕਣਕ ਆਟਾ ਦਾਲ ਦੀ ਸਕੀਮ ਹੈ ਸੈਂਟਰ ਦੀ ਆ, ਪੰਜਾਬ ਸਰਕਾਰ ਦੀ ਨਹੀਂ ਹੈਗੀ, ਸੈਂਟਰ ਦੀ ਆ, ਪਰ ਇੱਥੇ ਫੋਟੋਆਂ ਤਾਂ ਇਹਨਾਂ ਨੇ ਆਪਣੀਆਂ ਲਵਾ ਲਈਆਂ, ਪਰ ਸੈਂਟਰ ਦੀ ਸਕੀਮ ਨੂੰ ਹੁਣ ਕਿਉਂ ਗਰੀਬਾਂ ਤੱਕ ਨਹੀਂ ਇਹ ਪਹੁੰਚਾਣ ਦੇ ਜਾ ਰਹੇ ਕਿ ਇਹ ਸ਼ੋਅ ਕਰਨਾ ਚਾਹੁੰਦੇ ਆ ਵੀ ਆਉਣ ਵਾਲੀਆਂ ਵੋਟਾਂ ਦੇ ਵਿੱਚ ਵੀ ਅਸੀਂ ਗਰੀਬਾਂ ਨੂੰ ਰਾਸ਼ਨ ਦੇ ਰਹੇ ਹਾਂ, ਇਹ ਸਾਡੇ ਇੱਥੇ ਸਾਨੂੰ ਵੋਟਾਂ ਪਾਓ? ਬਿਲਕੁਲ ਜੀ, ਜਿਹੜੀ ਹੁਣੇ ਸਰਕਾਰ ਮੌਜੂਦਾ ਇਹ ਸੋਚਦੀ ਵੀ ਆਪਣਾ ਅਸੀਂ ਮੇਅਰ ਬਣਾਈਏ ਜੀ, ਸੈਂਟਰ ਦੀ ਜੋ ਸਕੀਮ ਹੈ सेंटर सरकार ने ऑनलाइन सिस्टम शुरू करता जी, हुणे गरीबां दी किसे दी कणक नहीं कटू, जो हक है उन्हां गरीबां तक पहुंचूगा जी, जो ऑनलाइन सिस्टम चल रहे हुणे सरकार करनी उह सेंटर दे कारण गई। ਸੋ ਇਥੇ ਮਾਤਾ ਜੀ ਕੀ ਕਹਿਣਾ ਚਾਹੁੰਦੇ? ਮਾਤਾ ਜੀ ਕਾਰਡ ਬੰਦ ਹੋ ਗਿਆ ਮੇਰਾ, ਰਾਸ਼ਨ ਕਾਰਡ। ਕਿੰਨੇ ਜੀ ਤੁਹਾਡੇ ਘਰ ਦੇ? ਅਸੀਂ ਚਾਰ ਚਾਰ ਜਾਣੇ। ਕਿੰਨੀ ਕਣਕ ਲਈ? ਬਹੂ ਦੀ ਆ ਦਿਨ ਉਹਦੀ ਹੈ ਕਿ ਬੱਚਿਆਂ ਦੀ ਹਲ ਬਣਨਾ ਨੇ, ਤੇ ਜਿਹੜੀ ਪੁਰਾਣੀ ਸਾਨੂੰ ਆਉਂਦੀ ਆ ਚਾਰ ਦਿਨਾਂ ਦੀ। ਰੋਜ਼ਗਾਰ ਕੀ ਕਰਦੇ ਨੇ ਤੁਹਾਡੇ ਘਰ ਦੇ ਜਾਂ ਬੱਚੇ? ਬੂਰਾ ਬਾਰੇ ਦੇ ਕੰਮ ਕਰਦਾ, ਦਿਹਾੜੀ ਦੱਪੇ ਦਾ। ਸੋ ਪਰ ਜਿਹੜੇ ਗੱਡੀਆਂ 'ਚ ਜਾਂਦੇ ਉਹ ਤਾਂ ਰਾਸ਼ਨ ਲੈ ਕੇ ਆਉਂਦੇ ਆ, ਤੇ ਜਿਨ੍ਹਾਂ ਨੂੰ ਲੋੜ ਆ ਤੁਹਾਡੇ ਵਰਗਿਆਂ ਨੂੰ ਉਹਨਾਂ ਦੇ ਬੰਦ ਹੋ ਗਏ ਆ ਕੀ ਕਹੋਗੇ? ਆਹੋ, ਇਹ ਤਾਂ ਗੱਲ ਹੈ ਕਿ ਸਾਡੇ ਬੰਦ ਹੋ ਗਏ, ਜਿਹੜੇ ਗੱਡੀਆਂ ਸੀ ਉਹਨਾਂ ਦਾ ਕੋਈ ਹੋਇਆ ਨਹੀਂ ਬੰਦ, ਉਹਨਾਂ ਦਾ ਕਿਉਂ ਨਹੀਂ ਹੋਏ? ਸਾਡੇ ਇੱਦਾਂ ਵੀ ਵਿਚਾਰੇ ਗਰੀਬਾਂ ਨੇ ਮਾਰ ਕਰ ਦਿੱਤੀ ਹੈਗੀ, ਗਰੀਬ ਮਾਰ ਜੀ। ਸੋ ਇੱਥੇ ਹੋਰ ਵੀ ਲੋਕ ਖੜੇ ਨੇ, ਭਾਈ ਸਾਹਿਬ ਕੀ ਕਿੱਦਾਂ ਦੇਖਦੇ ਹੋ ਪੂਰੇ ਰਾਸ਼ਨ ਦਾ ਸੈਂਟਰ ਦੀ ਸਕੀਮਾਂ ਪੰਜਾਬ ਸਰਕਾਰ ਦੇ ਜਿਹੜੇ ਪਹਿਲਾਂ? ਜੇ ਇੱਕ ਹੋਰ ਗੱਲ ਕਰੀਏ, ਵੱਡੀ ਗੱਲ ਹੈ ਜਿਹੜੇ ਪਿੱਛੇ ਇੱਕ ਦੂਜੇ ਨੂੰ ਚੋਰ ਡਾਕੂ ਸੱਜਦੇ ਸੀਗੇ, ਕਾਂਗਰਸ ਦੀ ਸਰਕਾਰ ਇਲਜ਼ਾਮ ਲਾਉਂਦੀ ਸੀ ਕੇਜਰੀਵਾਲ ਦੇ ਵੱਡੇ, ਤੇ ਅੱਜ ਕੇਜਰੀਵਾਲ ਦੀ ਸਰਕਾਰ ਨਾਲ ਜਿਹੜਾ ਅਲਾਈਅੰਸ ਹੋ ਗਿਆ ਪੰਜਾਬ ਦੇ ਵਿੱਚ ਕਾਂਗਰਸ ਤੇ ਆਮ ਆਦਮੀ ਪਾਰਟੀ ਦਾ, ਤੇ ਉੱਤੋਂ ਦੀ ਜਿਹੜੇ ਕੀ ਆ ਗਰੀਬਾਂ ਦੇ ਰਾਸ਼ਨ ਕਾਰਡ ਕੱਟੇ ਜਾ ਰਹੇ ਆ, ਜਿਨ੍ਹਾਂ ਨੂੰ ਸਹੂਲਤਾਂ ਮਿਲਣੀਆਂ ਚਾਹੀਦੀਆਂ ਸੀ ਉਹ ਨਹੀਂ ਮਿਲ ਪਾ ਰਹੀਆਂ, ਸੈਂਟਰ ਦੀਆਂ ਸਕੀਮਾਂ ਕੱਟੀ ਜਾ ਰਹੇ ਨੇ? ਬਹੁਤ ਸਰ, ਤੁਹਾਡਾ ਬਹੁਤ ਵਾਜਿਬ ਸਵਾਲ ਨੇ। ਐਕਚੁਅਲੀ ਸੈਂਟਰ ਦੀ ਜਿਹੜੀ ਰਾਸ਼ਨ ਦੀ ਸਕੀਮ ਹੈ ਇਹ ਸੈਂਟਰ ਕੇਂਦਰ ਸਰਕਾਰ ਦੀ ਹੈ, ਲੇਕਿਨ ਪੰਜਾਬ ਸਰਕਾਰ ਇੰਨੀ ਨਿਕਮੀ ਸਰਕਾਰ ਹੈ ਉਹ ਗਰੀਬਾਂ ਨੂੰ ਹਟਾ ਗਰੀਬੀ ਹਟਾਉਣ ਦੇ ਨਾਮ 'ਚ ਗਰੀਬਾਂ ਨੂੰ ਹਟਾਉਣ ਲੱਗੀ ਹੈ। ਅੱਜ ਤੁਸੀਂ ਦੇਖ ਲਓ ਲੋਕਾਂ ਨੇ ਰਾਸ਼ਨ ਕਾਰਡ, ਇਹ ਗਰੀਬ ਲੋਕ ਨੇ ਜਿਨ੍ਹਾਂ ਦੇ ਦਿਹਾੜੀ ਮਜ਼ਦੂਰੀ ਕਰਕੇ ਆਉਂਦੇ ਨੇ ਲੋਕ ਵਿਚਾਰੇ, ਉਹਨਾਂ ਕੋਲ ਰਾਸ਼ਨ ਨਹੀਂ ਹੈਗਾ, ਕੇਂਦਰ ਸਰਕਾਰ ਇਹਨੂੰ ਰਾਸ਼ਨ ਦੇ ਰਹੀ, ਉਹ ਰਾਸ਼ਨ ਕੱਟ ਰਹੇ ਨੇ। ਇਸ ਕਰਕੇ ਇਹ ਨਿਕਮੀ ਸਰਕਾਰ ਨੂੰ ਜਿੰਨੀ ਜਲਦੀ ਹੋ ਸਕੇ, ਹੁਣ ਆਉਣ ਵਾਲੇ ਇਲੈਕਸ਼ਨ 'ਚ ਤੁਸੀਂ ਦੇਖੋਗੇ ਕਿ ਭਾਰਤੀ ਜਨਤਾ ਪਾਰਟੀ ਆਪਣੀ ਪੂਰੀ ਮੇਅਰ ਬਣਾਊਗੀ, ਲੁਧਿਆਣੇ ਵਿੱਚ ਪੂਰੇ ਕੌਂਸਲਰ ਲੈਣਗੇ ਔਰ ਜਨਤਾ ਨੂੰ ਸਹੂਲਤ ਦੇਵੋਗੇ ਜੀ। ਜੀ, ਪਰ ਇੱਕ ਹੋਰ ਵੀ ਸਵਾਲ ਹੈ ਨਾ ਕਿ ਜੇ ਬਿਨਾਂ ਵੈਰੀਫਿਕੇਸ਼ਨ ਦੇ ਕੱਟ ਹੋ ਰਹੇ ਆ, ਇਹ ਦੇਖਣ ਨੂੰ ਲੱਗਦਾ ਵੀ ਲੋਕਾਂ ਦੇ ਘਰਾਂ ਦੇ ਵਿੱਚ ਜਿਹੜੇ ਕੀ ਆ ਜੋ ਕਿ ਇਹਨਾਂ ਦੇ ਪਰਿਵਾਰ ਆ ਉਹ ਇੱਧਰ ਦਿਹਾੜੀ ਟਪਕਾ ਕਰਕੇ ਖਾਣ ਵਾਲੇ ਬੰਦੇ ਆ, ਇਹਨਾਂ ਦੇ ਕਾਰਡ ਹੀ ਕੱਟੀ ਜਾਂਦੇ ਆ, ਤੇ ਫਿਰ ਇਹ ਸਰਕਾਰ ਚਾਹੁੰਦੀ ਵੀ ਹੁਣ ਹਰ ਇੱਕ ਬੰਦਾ
पहला नशे वाले चोरी डकैती करते हैं, आम बंदा भी चोरी डकैती करके रोटी लेके आवे। डेफिनेटली सर तुहाडी गल बिल्कुल सही है, चोरी डकैती ही करने जदों लोगों को जो राशन एक सरकार दे रही केंद्र सरकार वो भी उन्होंने मुहैया नहीं करवा रहे तो लोग चोरी डकैती करने मजबूर होंगे और की कर सकते जी। कांग्रेस सरकार का ये हाल सीगा, उन्होंने तो जो राशन देने से वो नहीं देंदे सी, लेकिन इन्होंने तो राशन कार्ड ही कटते जी, इन्होंने कार्ड ही कटते। तुम देखोगे 60% लुधियाने के बच्चे या पंजाब के बच्चे राशन कार्ड कटते वेरी विदाउट वेरीफिकेशन कि भाई कौन बंदा गरीब है कौन ठीक है। तुम देख रहे हो जिदा तुम कह रहे थे कि यहाँ जिन्हों को गड्डिया है जिन्हों को घर है जिन्हों को कारा ने वह तो राशन कार्ड बना के बैठे ने वो राशन खा रहे हैं फ्री की, लेकिन जिन्हें बेचारे गरीब लोग ने उन्होंने को राशन नहीं मिल रही जी। इस तो ज़्यादा बदकिस्मती की हो सकती इस पंजाब की सरकार की। सो बिल्कुल जी सरकार कहती सी महिलावां नूं 1000 रुपया महीना देवे, वो महिला 1000 रुपया महीना का की देना सी जिहड़े उन्हां दा बनता एक घर का कोटा सी राशन, क्योंकि एक जनानी ही घर का बजट संभाल सकती है, उन्हूं पता हुंदा कि घरदियां नूं रोटी किस तरह देनी है, जे रुखी सुखी भी देनी है रुखी सुखी दे विच भी जिहड़ा घर का जिहड़ा कि राशन किद्दां चलाना है। अज वो महिलावां इत्थे खड़ियां ने हाथ च राशन कार्ड बने, तुहाडा भी कट्टिया गया जी? हाँ जी। किन्ने जी सी घर दे? असीं 5 मेंबर। 5 की परिवार तुहाडा की काम करदा? ਬੀਜੇਪੀ ਜਿਹੜੀ ਕਾਬਜ਼ ਸਰਕਾਰ ਹੁੰਦੀ ਸੈਂਟਰ ਦੀ ਉਹਦੀ ਸਕੀਮ ਆ ਰਾਸ਼ਨ ਉਹ ਦਿੰਦੀ ਆ, ਤੇ ਪੰਜਾਬ ਸਰਕਾਰ ਨੂੰ ਸੈਂਟਰ 'ਚੋਂ ਰਾਸ਼ਨ ਆਉਂਦਾ ਇਹਨਾਂ ਦਾ ਕੀ ਬੰਦ ਕਰਨ ਦਾ ਹੱਕ ਬਣਦਾ ਆ? ਕਿਉਂਕਿ ਜਿਹੜਾ ਇਹ ਸਰਕਾਰ ਗਰੀਬਾਂ ਨੂੰ ਦਿੰਦੀ ਆ ਵੀ ਆਰਥਿਕ ਪੱਖੋਂ ਜਿਹੜੇ ਕਮਜ਼ੋਰ ਹੁੰਦੇ ਉਹਨਾਂ ਨੂੰ ਰਾਸ਼ਨ ਮਿਲੇ ਤਾਂ ਕਿ ਉਹਨਾਂ ਦਾ ਘਰ ਪਰਿਵਾਰ ਸਹੀ ਰਹੇ, ਪਰ ਤੁਹਾਡੇ ਰਾਸ਼ਨ ਹੀ ਬੰਦ ਹੋ ਗਏ? ਦੱਸ ਅਸੀਂ ਕਰੀਏ ਵੀ ਕੀ, ਅਸੀਂ ਗਰੀਬ ਬੰਦੇ ਹਾਂ, ਦੱਸ ਕੀ ਕਰੀਏ? ਬੋਲ ਕਿਸੇ ਨਾਲ ਤੁਸੀਂ ਗੱਲ ਕਰਨ ਦੀ ਕੋਸ਼ਿਸ਼ ਕੀਤੀ ਜੀ? ਜਿਹੜੇ ਡੀਪੂ ਵਾਲੇ ਨਾਲ ਗੱਲ ਕੀਤੀ ਜੀ? ਡੀਪੂ ਵਾਲੇ ਕੀਤੀ ਸੀ ਗੱਲ, ਉਹ ਕਹਿੰਦੀ ਪਿੱਛੇ ਜਾਓ। ਪਿੱਛੇ ਕਿੱਥੇ ਜੀ? ਪਤਾ ਨਹੀਂ ਹੁਣ, ਉਹ ਕਹਿੰਦੇ ਪਿੱਛੇ ਜਾਓ, ਪਿੱਛੇ ਹੁਣ ਸਜਾਈ ਪਿੱਛੇ, ਮਤਲਬ ਅਸੀਂ ਹੁਣ ਪੁਰਾਣੇ ਯੁੱਗ 'ਚ ਚੱਲ ਜਾਈਏ ਜਿਹੜੇ ਨਾਲ ਲੈਣਗੇ, ਅਸੀਂ ਵੀ ਕਹਾਂਗੇ ਪਿੱਛੇ ਜਾਓ ਪਿੱਛੇ ਜਾਓ। ਹਾਂਜੀ। ਸੋ ਮਾਤਾ ਜੀ ਕਿੰਨੀ ਉਮਰ ਹੈ ਤੁਹਾਡੀ? ਉਹ ਵੀ 70 ਸਾਲ। 70 ਸਾਲ। ਸੋ ਮਾਤਾ ਜੀ ਇਹ ਕਰੀ ਦੇਖਿਆ ਕਿ ਇਦਾਂ ਦੀ ਸਰਕਾਰ ਕਰੀ ਬਹੁਤ ਸਾਲ, ਵੈਸੇ ਤਾਂ ਭੰਡੀ ਹਰ ਸਰਕਾਰ ਦੀ ਹੁੰਦੀ ਹੈ ਪਰ ਦੇਖੀ ਕਰੀ ਸਰਕਾਰ ਜਿਹੜੀ ਆ ਕੇ 1.5 ਸਾਲ ਦੇ ਵਿੱਚ ਜਿਹੜੀ ਭੰਡੀ ਆਉਣ ਲੱਗ ਗਈ? ਨਹੀਂ ਜੀ, ਨਹੀਂ ਜੀ। ਤੁਹਾਡੇ ਵੀ ਕਰਦੇ ਰਾਸ਼ਨ ਕੱਟੇ ਗਏ? ਹਾਂਜੀ, 3 ਬੱਚਿਆਂ ਦੇ ਕੱਟੇ ਗਏ। 3 ਬੱਚਿਆਂ ਦੇ ਕੱਟੇ ਗਏ। ਹਾਂਜੀ। ਤੇ ਕਿਤੇ ਨਾ ਕਿਤੇ ਹੁਣ ਸਰਕਾਰ ਚਾਹੁੰਦੀ ਹੈ ਮੈਂ ਕਿ ਲੋਕਾਂ ਠੱਗੀ ਡੋਰੀਆਂ ਤੇ ਜਾਂ ਚੋਰੀ ਡਕੈਤੀਆਂ ਕਰੇ? ਹਾਂਜੀ ਹਾਂਜੀ, ਠੀਕ ਹੈ, ਚੋਰੀ ਕਰਨਗੇ ਜੇ, ਚੋਰੀ ਕਰਨਗੇ ਜੇ ਬੰਦੇ ਦੇ ਮਾਤਾ ਮਰੀਜ਼ ਹੋ ਜਾਂਦੇ ਨੇ ਉਹਨਾਂ ਨੂੰ ਤਾਂ ਕਰਨਾ ਹੀ ਕਰਨਾ ਹੈਗਾ ਬੰਦ, ਉਹ ਕੀ ਕਰਨਗੇ ਜੀ? ਕੀ ਕਹਿੰਦੇ? ਕਹਿੰਦੇ ਸੀ 1000-1000 ਰੁਪਇਆ ਦਵਾਂਗੇ ਖਾਤਾ ਖਲਾਓ, ਅਸੀਂ ਤੇ ਭੱਜੇ ਗਏ ਖਾਤੇ ਖਲਾਉਣ ਨੂੰ ਤੇ ਕਿਸੇ ਨੇ 1000 ਪਾਇਆ ਹੀ ਨਹੀਂ ਅਜੇ ਤੱਕ। ਅੱਜ ਜਿਹੜਾ ਰਾਸ਼ਨ ਮਿਲਦਾ ਸੀ ਉਹ ਵੀ ਖੋਲਿਆ? ਰਾਸ਼ਨ ਵੀ ਖੋਲਿਆ, ਹਾਂ ਸਾਡੇ ਕਾਰਡ ਬਣੇ ਹੋਏ ਪਿੱਛੋਂ ਆਏ ਨਹੀਂ ਜੀ, ਕਾਰਡ ਨਹੀਂ ਆਇਆ ਪਿੱਛੋਂ, ਆਨਲਾਈਨ ਕਾਰਡ ਬਣਿਆ ਹੋਇਆ, ਮੈਨੂੰ ਕਾਰਡ ਵੀ ਨਹੀਂ ਮਿਲਦਾ। ਪਰ ਕਈ ਵਾਰ ਅਸੀਂ ਵੀਡੀਓ ਕੀਤੀ ਹੈ ਗੱਡੀਆਂ ਵਾਲੇ ਰਾਸ਼ਨ ਲੈ ਕੇ ਜਾਂਦੇ ਆ ਤੇ ਪਰ ਤੁਹਾਡੇ ਤਾਂ ਪਰਿਵਾਰ ਸਾਡੇ ਦਿਹਾੜੀ ਤਬਕੇ ਵਾਲੇ? ਮੇਰੇ ਤਾਂ ਘਰਦੇ ਵੀ ਨਹੀਂ ਜੀ ਹੈਗੇ, ਮੈਨੂੰ ਨਹੀਂ ਮਿਲਦਾ ਕਾਰਡ, 3 ਜੀਆਂ ਨੂੰ ਮਿਲਦਾ ਸੀ ਉਹ ਵੀ ਨਹੀਂ ਮਿਲਦਾ ਸਾਨੂੰ। ਸੋ ਇੱਕ ਜਿਹੜਾ ਪੰਜਾਬ ਤੇ ਸਭ ਤੋਂ ਵੱਡਾ ਸੰਗਤ ਦਾ ਚਿੱਟੇ ਦਾ, ਚਿੱਟੇ ਨੇ ਕਈ ਘਰ ਬਰਬਾਦ ਕੀਤੇ ਆ, ਉਹਨਾਂ ਵਿੱਚ ਚਿੱਟਾ ਪੀਪੀ ਲੋਕਾਂ ਨੇ ਆਪਣੇ ਘਰ ਬਾਰ ਤੱਕ ਵੇਚਤੇ, ਲੋਕੀ ਭੁੱਖਮਰੀ ਦੀ ਕਗਾਰ ਤੇ ਆ ਗਏ। ਪਰ ਸੈਂਟਰ ਦੀ ਸਕੀਮ ਸੀ ਕਿ ਇੱਕ ਕਣਕ ਮਿਲਦੀ ਸੀ, ਕਣਕ ਦੇ ਨਾਲ ਬੰਦਾ ਲੂਣ ਨਾਲ ਵੀ ਰੋਟੀ ਖਾ ਲੈਂਦਾ ਸੀ, ਪਰ ਚਿੱਟਿਆਂ ਤੋਂ ਬਾਅਦ ਜਿਹੜਾ ਹੁਣ ਪੰਜਾਬ ਨੂੰ ਅਨਾਜ ਤੋਂ ਵੀ ਮਾਰਿਆ ਜਾ ਰਿਹਾ, ਬਹੁਤ ਸਾਰੇ ਪਰਿਵਾਰ ਆ ਜਿਨ੍ਹਾਂ ਦਾ ਕਣਕ ਮਿਲਣ ਦੇ ਉੱਤੇ ਹੀ ਡਿਪੈਂਡ ਹੁੰਦੇ ਸੀ ਤਾਂ ਕਿ ਉਹਨਾਂ ਦੇ ਖਰਚੇ ਇੰਨੇ ਕੀ ਕੰਜ਼ਰਵੇਟਿਵ ਕੀਤੇ ਹੁੰਦੇ ਸੀਗੇ ਕਿਉਂਕਿ ਉਹਨਾਂ ਨੂੰ ਇੰਨੀ ਆਮਦਨ ਨਹੀਂ ਹੈਗੀ, ਬਹੁਤ ਘੱਟ ਖਰਚੇ ਆਪਣੇ ਘਰ ਦੇ ਰੋਟੀ ਪਾਣੀ ਚਲਾਉਣ ਨੂੰ ਮਿਲਦੇ, ਦਿਹਾੜੀ ਤਬਕਾ ਵਾਲੇ ਲੋਕ ਆ ਇਹ, ਪਰ ਇਹਨਾਂ ਦੇ ਅੱਜ ਰਾਸ਼ਨ ਕਿਤੇ ਨਾ ਕਿਤੇ ਬੰਦ ਹੋ ਗਿਆ ਤੇ ਮਜਬੂਰ ਨੇ ਇੱਥੇ ਖੜਨ ਨੂੰ। ਤੇ MLA ਜਿਹੜੇ ਸਾਹਿਬ ਇੱਥੇ ਉਹਨਾਂ ਨਾਲ ਵੀ ਗੱਲ ਕਰਕੇ ਦੇਖਾਂਗੇ ਕਿ ਇਹ ਗਰੀਬ ਜਿਹੜੇ ਲੋਕ ਆ ਇਹਨਾਂ ਨਾਲ ਕੀ ਤੁਸੀਂ ਵਤੀਰਾ ਕਰ ਰਹੇ ਹੋ, ਕਿਉਂਕਿ ਆਉਣ ਵਾਲੀਆਂ ਵੋਟਾਂ ਕੌਂਸਲਰ ਦੀਆਂ ਵੋਟਾਂ, ਕੀ ਤੁਸੀਂ ਬਾਅਦ 'ਚੋਂ ਇਹਨਾਂ ਦੇ ਕਾਰਡ ਬਣਵਾ ਕੇ ਫਿਰ ਇਹ ਕਹੋਗੇ ਕਿ ਅਸੀਂ ਤੁਹਾਡੇ ਕਾਰਡ ਬਣਾਏ ਆ, ਚੱਲਦੀ ਸਕੀਮਾਂ ਨੂੰ ਬੰਦ ਕਰਕੇ ਤੁਸੀਂ ਚਾਲੂ ਕਰਵਾ ਕੇ ਫਿਰ ਇਹ ਕਹੋਗੇ ਕਿ ਅਸੀਂ ਚਾਲੂ ਕਰਵਾਏ ਆ, ਤੇ ਲੋਕਾਂ ਨੂੰ ਫਿਰ ਭ੍ਰਮਿਤ ਕਰੋਗੇ? ਬਹੁਤ ਸਾਰੇ ਸਵਾਲ ਆ, ਕੀ ਕੀ ਮੰਗ ਕਰਦੇ ਹੋ ਇੱਥੇ ਖੜੇ ਹੋ ਐਟਮ ਤੇ ਕੀ ਹੋ, ਕਿ ਤੁਹਾਡਾ ਵੀ ਰਾਸ਼ਨ ਕੱਟੇ ਗਏ? ਸਾਡਾ ਵੀ ਰਾਸ਼ਨ ਕੱਟਿਆ ਲੋਕਾਂ ਨੂੰ ਨਾ, 3-3, 4-4 ਵਾਰੀ ਮਿਲ ਗਈ ਜੀ। ਤੇ ਜਿਹੜਾ ਗਰੀਬ ਸਾਡੇ ਘਰ ਦੇ ਵੀ ਦਿਹਾੜੀਆਂ ਕਰਦੇ, ਅਸੀਂ ਵੀ ਦਿਹਾੜੀ ਜਾਂਦੇ ਹਾਂ, ਤੇ ਜਿਹੜੇ ਪੁੱਜ ਸਰ ਨੇ ਤੇ ਦੇਖਿਆ ਜਾਵੇ ਸਾਰਾ ਕੁਝ ਗੁੰਜਾਇਸ ਰੱਬ ਦੀ ਉਹਨਾਂ ਨੂੰ ਮਿਲਦਾ, ਸਾਡੇ ਕੱਟੇ ਗਏ ਨੇ ਕਾਰਡ। ਸਾਡੀ ਅਪੀਲ ਹੈ ਸਰਕਾਰਾਂ ਦੇ ਅੱਗੇ, ਪੰਜਾਬ ਸਰਕਾਰ, ਸੈਂਟਰ ਸਰਕਾਰ, ਜਿਹੜੀ ਸਾਨੂੰ ਮਤਲਬ ਜਿਹੜਾ ਹੱਕ ਹੈ ਰਾਸ਼ਨ ਹੈ ਇਹ ਸਾਨੂੰ ਮਿਲਣਾ ਚਾਹੀਦਾ ਹੈਗਾ।
असं यही मंग करते हैं, यही अपील करते हैं, जरा सा राशन 30-40 का कट्टिया गया महल के घर का वो सानू मिलना चाहिए, साड़ी दूजी कोई मंग नहीं, राशन ही है सानू, बस इन्हें ये मिली जाए राशन तो बहुत देगा। सो देखते हैं MLA साहब का की कहना इस गल उत्ते, क्योंकि MLA साहब एक एरिए मालक होंगे, उन्होंने अपने एरिए हर एक कौंसलर हर एक बंद का ध्यान रखना हों, पर पार्टीबाजी तो उत्ते उठ के कितने ना कितने गरीबी गरीब बंद जरूर देखना चाहिए। सो नवी अपडेट जुड़े रहो साढ़े नाल, देखते रहो प्राइम तो न्यूज़ चैनल, कैमरामैन दलेर के नाल मनोज हीरा।